ਮਾਪਿਆਂ ਦਾ ਵੀ ਕੀ ਜਿਉਣਾ ਹੈ ਜਿਨ੍ਹਾਂ ਦੀ ਜਵਾਨ ਧੀ ਉਹਨਾਂ ਦੀ ਅੱਖਾਂ ਦੇ ਸਾਹਮਣੇ ਰੁਖਸਤ ਹੋ ਚੁੱਕੀ ਹੈ। ਦਰਅਸਲ ਤੁਰਕੀ ਦੇ ਵਿੱਚ ਹੋਏ ਡਿਪਲੋਮੈਟ ਮੁਕਾਬਲਿਆਂ ਦੇ ਵਿੱਚ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੀ ਮੋਗਾ ਦੀ ਧੀ ਦਾ ਅਚਾਨਕ ਦੇਹਾਂਤ ਹੋ ਗਿਆ, ਜਿਸ ਤੋਂ ਬਾਅਦ ਸਾਰਾ ਸ਼ਹਿਰ ਜਿੱਥੇ ਮਾਂ ਪਿਓ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚਿਆ ਅਤੇ ਭੁੱਬਾ ਮਾਰ ਰੋਇਆ। ਇਸ ਮੌਕੇ ਧਰਤੀ ਤੋਂ ਲੈ ਕੇ ਅੰਬਰ ਤੱਕ ਰੋਇਆ, ਕਿਉਂਕਿ ਮਾਂ ਪਿਓ ਦੀ ਜਵਾਨ ਧੀ ਜਿਸ ਦੀ ਉਮਰ ਮਹਿਜ 18 ਸਾਲ ਸੀ, 18 ਸਾਲ ਦੀ ਉਮਰ ਦੇ ਵਿੱਚ ਵਿਦੇਸ਼ੀ ਧਰਤੀ 'ਤੇ ਖੇਡਾਂ ਦੇ ਖੇਤਰ ਦੇ ਵਿੱਚ ਅਜਿਹੀਆਂ ਮੱਲਾਂ ਮਾਰੀਆਂ ਕਿ ਰਹਿੰਦੀ ਦੁਨੀਆ ਤੱਕ ਉਸਨੂੰ ਯਾਦ ਕੀਤਾ ਜਾਏਗਾ। ਤਾਂ ਉਸਦੇ ਸੰਸਕਾਰ ਦੇ ਮੌਕੇ ਹਰ ਇੱਕ ਅੱਖ ਨਮ ਸੀ। ਮਾਂ ਪਿਓ ਦੇ ਉੱਤੇ ਇਸ ਵੇਲੇ ਕੀ ਬੀਤ ਰਹੀ ਹੈ ਇਹ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਤਾਂ ਮ੍ਰਿਤਕ ਦਾ ਨਾਮ ਇੰਦਰਪ੍ਰੀਤ ਕੌਰ ਸੰਧੂ, ਜਿਸ ਦਾ ਕਿ ਅਚਾਨਕ ਦੇਹਾਂਤ ਹੋ ਗਿਆ ਅਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਹੈ ਮਾਂ ਪਿਓ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ। ਵੱਡੀ ਗਿਣਤੀ ਦੇ ਵਿੱਚ ਜੋ ਹੈ ਇੱਥੋਂ ਤੱਕ ਕਿ ਇੰਦਰਪ੍ਰੀਤ ਦੇ ਦੋਸਤ ਮਿੱਤਰ ਅਤੇ ਨਾਲ ਪੜ੍ਹਦੇ ਵਿਦਿਆਰਥੀ ਵੀ ਪਹੁੰਚੇ। ਤਾਂ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀ ਹਾਂ ਕਿ ਕਿਵੇਂ ਪੰਜਾਬ ਦੀ ਉਹ ਖਿਡਾਰਨ ਜਿਸਨੇ ਕਿ ਨਿੱਕੀ ਉਮਰ ਦੇ ਵਿੱਚ ਹੀ ਵੱਡੇ ਮੱਲਾਂ ਮਾਰੀਆਂ, ਪਰ ਅੱਜ ਅਚਾਨਕ ਇਸ ਦੁਨੀਆ ਨੂੰ ਅਲਵਿਦਾ ਆ ਗਈ ਅਤੇ ਅੱਜ ਉਸਦੇ ਸੰਸਕਾਰ ਦੇ ਮੌਕੇ 'ਤੇ ਹਰ ਇੱਕ ਅੱਖ ਨਮ ਹੋਈ ਹੈ। ਤਾਂ ਮਾਂ ਪਿਓ ਦਾ ਇਸ ਵੇਲੇ ਕੀ ਹਾਲ ਹੈ ਇਹ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਮਾਂ ਪਿਓ ਨੂੰ ਤਾਂ ਅਕਸਰ ਹੀ ਆਪਣੀ ਔਲਾਦ ਬਹੁਤ ਜ਼ਿਆਦਾ ਪਿਆਰੀ ਹੁੰਦੀ ਹੈ ਅਤੇ ਜੇਕਰ ਉਹੀ ਸੰਤਾਨ ਵੱਡੇ ਨਾਮ ਕਮਾਏ ਨਿੱਕੀ ਉਮਰਾਂ ਦੇ ਵਿੱਚ ਤਾਂ ਮਾਂ ਪਿਓ ਦਾ ਖੂਨ ਅਤੇ ਉਮਰ ਦੁੱਗਣੀ ਹੋ ਜਾਂਦੀ ਹੈ। ਪਰ ਇਸ ਲਾਚਾਰ ਮਾਂ ਪਿਓ ਦੇ ਉੱਤੇ ਕੀ ਬੀਤ ਰਹੀ ਹੋਏਗੀ ਜਿਨ੍ਹਾਂ ਦੀ 18 ਸਾਲਾਂ ਧੀ ਜਿਹੜੀ ਹੈ ਇਸ ਦੁਨੀਆ ਦੇ ਵਿੱਚ ਨਹੀਂ ਰਹੀ, ਅਚਾਨਕ ਉਸਦਾ ਦੇਹਾਂਤ ਹੋ ਗਿਆ। ਇੱਕ ਵਾਰ ਭਾਵੁਕ ਕਰਦੀਆਂ ਤਸਵੀਰਾਂ ਵੱਲ ਰੁੱਖ ਕਰਦੇ ਹਾਂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਤੱਕ ਕੋਈ ਨਾ ਰੋਵੇ, ਮੇਰੀ ਬੇਨਤੀ ਅਰਦਾਸ ਵੀ ਕੋਈ ਨਾ ਰੋਵੇ, ਬਸ ਵਾਹਿਗੁਰੂ ਦੇ ਭਾਣੇ ਵਿੱਚ ਹਾਂ ਜੀ। ਉਹਦੀ ਦਾਤ ਆ, ਉਹ ਕੱਚੀ ਵੀ ਵੱਢ ਸਕਦਾ, ਪੱਕੀ ਵੀ ਵੱਢ ਸਕਦਾ। ਜਿੰਨੀ ਉਹਨੂੰ ਉਮਰ ਦਿੱਤੀ ਸੀ ਪਰਮਾਤਮਾ ਨੇ, ਉਹਨੇ ਆਪਦੀ ਭੋਗ ਲਈ ਵੱਡੀਆਂ ਪ੍ਰਾਪਤੀਆਂ ਕਰਕੇ ਗਈ ਆ। ਅਤੇ ਸਾਡੇ ਲਈ ਬਹੁਤ ਵੱਡਾ ਮਾਣ ਆ ਵੀ ਸਾਡੇ ਛੋਟੇ ਜਿਹੇ ਬੱਚੇ ਨੇ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ, ਜਿਹਦੇ ਆਸਰੇ ਅਸੀਂ ਆਪਣੀ ਉਮਰ ਕੱਢ ਸਕਦੇ ਹਾਂ। ਸਾਨੂੰ ਮਾਣ ਆ ਆਪਣੀ ਬੱਚੀ ਦੇ ਉੱਪਰ ਬਹੁਤ, ਜਿਹਦਾ ਬਹੁਤ ਵੱਡਾ ਨਾਮ ਆ, ਜਿਹਦੇ ਕਰਕੇ ਸਾਨੂੰ ਅੱਜ ਲੋਕ ਜਾਣਦੇ ਆ। ਲੋਕ ਕਹਿੰਦੇ ਆ ਕਿ ਇੰਦਰਪ੍ਰੀਤ ਦੇ ਪਾਪਾ ਨੇ, ਇੰਦਰਪ੍ਰੀਤ ਦੇ ਮੰਮਾ ਨੇ। ਸੋ ਮੈਂ ਤਾਂ ਇਹੀ ਕਹੂੰਗਾ ਕਿ ਦੁੱਖ ਬਹੁਤ ਵੱਡਾ, ਪਹਾੜ ਜਿੱਡਾ ਦੁੱਖ ਆ, ਅਤੇ ਵਾਹਿਗੁਰੂ ਜੀ ਕਿਰਪਾ ਕਰਨ, ਸੱਚੇ ਪਾਤਸ਼ਾਹ ਇਹ ਭਾਣੇ ਨੂੰ ਮੰਨਣ ਦਾ ਬਲ ਬਖਸ਼ਣ। ਸਰਜੀਤ ਜੀ, ਹਰ ਇੱਕ ਦੇ ਦਿਲ 'ਚ ਵੱਸ ਗਈ ਸੀ ਸਰਜੀਤ ਬੇਟੀ, ਇੰਨਾ ਪਿਆਰ ਕਰਦੇ ਸੀ, ਅੱਜ ਹਰ ਇੱਕ ਦੀਆਂ ਅੱਖਾਂ 'ਚੋਂ ਹੰਝੂ ਦੇਖ ਕੇ ਰਿਹਾ ਨਹੀਂ ਗਿਆ, ਧੀ ਨੂੰ ਦੇਖ ਕੇ ਜਾਣ ਦੀ ਗੱਲ। ਬਿਲਕੁਲ ਜੀ, ਉਹ ਇੱਕ ਸ਼ਾਈਨਿੰਗ ਸਟਾਰ ਸੀਗਾ, ਜਿਹੜਾ ਜਿਹਨੂੰ ਇੱਕ ਵਾਰੀ ਮਿਲਦਾ ਸੀ ਉਹ ਆਪਦਾ ਬਣਾ ਲੈਂਦਾ ਸੀ ਉਹਨੂੰ। ਬਸ ਉਹ ਜਦੋਂ ਜਿਹਨੂੰ ਵੀ ਕਿਸੇ ਨੂੰ ਮਿਲੀ ਆ ਤਾਂ ਉਹਨੇ ਬਸ ਇੱਕੋ ਹੀ ਗੱਲ ਕਹੀ ਆ ਮੁੜ ਕੇ ਕਿ ਇਹ ਮੇਰੀ ਧੀ ਆ।
ਜਿਹਨੂੰ ਵੀ ਮਿਲੀ ਆ, ਜੇ ਕਿਸੇ ਛੋਟੇ ਬੱਚੇ ਨੂੰ ਮਿਲੀ ਆ ਤਾਂ ਉਹਨੇ ਕਿਹਾ ਮੇਰੀ ਵੱਡੀ ਭੈਣ ਆ, ਜੇ ਵੱਡੇ ਨੂੰ ਮਿਲੀ ਆ ਤਾਂ ਉਹਨੇ ਕਿਹਾ ਮੇਰੀ ਛੋਟੀ ਭੈਣ ਆ। ਬਹੁਤ ਪਿਆਰ ਲਿਆ ਜੀ, ਬਹੁਤ ਪਿਆਰ ਬੇਟੀ ਨੂੰ ਮਿਲਿਆ। ਤੁਰਕੀ ਚੋਂ ਆਊਟਸਟੈਂਡਿੰਗ ਡਿਪਲੋਮੈਟਸ ਦਾ ਅਵਾਰਡ ਜਿੱਤ ਕੇ ਆਏ ਸੀਗੇ ਤੇ ਹਾਂਜੀ ਫਾਦਰ ਆਪਣੇ ਫਾਦਰ ਤੁਹਾਡੇ ਦੇ ਸਿਰ ਤੇ ਜਿਹੜਾ ਸਿਰਾ ਬੰਨਿਆ ਸੀ ਕਿ ਮੇਰੇ ਫਾਦਰ ਦਾ ਬਹੁਤ ਵੱਡਾ ਰੋਲ ਆ ਮੈਨੂੰ ਅੱਗੇ ਲਿਆਉਣ 'ਚ। ਬਿਲਕੁਲ, ਇਹ ਉਹਦਾ ਵੱਡਾਪਣ ਸੀ ਜੀ, ਉਹਦੀ ਮਿਹਨਤ ਆਪਣੀ ਸੀਗੀ। ਪੇਰੈਂਟਸ ਦਾ ਤਾਂ ਜਿੰਨਾ ਕੁ ਯੋਗਦਾਨ ਬਣਦਾ ਹੁੰਦਾ ਸੀ ਓਨਾ ਹੀ ਪਾ ਸਕੇ ਆ, ਓਨੀ ਕੁ ਜਿੰਨੀ ਕੁ ਸਾਨੂੰ ਮਤ ਬੁੱਧੀ ਰੱਬ ਨੇ ਬਖਸ਼ੀ ਸੀ ਉਹਦੇ ਅਨੁਸਾਰ। ਪਰ ਇਹਦੀ ਆਪਦੀ ਮਿਹਨਤ ਸੀ ਬਹੁਤ ਜ਼ਿਆਦਾ, ਉਹਨੇ ਤਾਂ ਸਾਡਾ ਨਾਂ ਉੱਚਾ ਕੀਤਾ, ਸਾਨੂੰ ਵੱਡਿਆਂ ਕਰਤਾ ਉਹਨੇ ਜੀ, ਇਹ ਗੱਲ ਕਹਿ ਕੇ ਵੀ ਮੇਰੇ ਮਾਪਿਆਂ ਦਾ ਹੱਥ ਆ। ਉਹਦੀ ਆਪਦੀ ਮਿਹਨਤ ਸੀ ਬਹੁਤ ਜ਼ਿਆਦਾ, ਉਹਦੇ ਟੀਚਰਾਂ ਦੀ ਮਿਹਨਤ ਸੀ, ਉਹਦੇ ਸਕੂਲ ਦਾ ਯੋਗਦਾਨ ਸੀ, ਸਾਡਾ ਵੀ ਜਿੰਨਾ ਕੁ ਬਣਦਾ ਸੀਗਾ ਐਜ਼ ਅ ਪੇਰੈਂਟਸ ਓਨਾ ਯੋਗਦਾਨ ਅਸੀਂ ਵੀ ਦਿੱਤਾ। ਬਾਕੀ ਮੈਨੂੰ ਲੱਗਦਾ ਕਿ ਸਾਰੀਆਂ ਪਰਮਾਤਮਾ ਦੀਆਂ ਕਿਰਪਾ ਹੁੰਦੀਆਂ ਨੇ, ਉਹ ਜਿਹਦੀ ਵਡਿਆਈ ਬਖਸ਼ਦਾ ਉਹਨੂੰ ਮਿਲ ਜਾਂਦੀ ਆ। ਉਹ ਵਡਿਆਈ ਉਹਨੂੰ ਮਿਲਣੀ ਸੀ, ਉਹ ਨਾਮ ਨਾਲ ਖੱਟ ਗਈ ਆ ਵਿਚਾਰੀ। ਬਹੁਤ ਹੀ ਛੋਟੀ ਉਮਰ ਦੇ ਵਿੱਚ ਔਰਤਾਂ ਦੀ ਗੱਲ ਕਹੀ ਆ, ਇੱਕ ਵੱਡੇ ਦੇਸ਼ ਦੇ ਵਿੱਚ ਜਾ ਕੇ ਨਾ ਆਵਾਜ਼ ਉਠਾਉਣੀ ਬਹੁਤ ਵੱਡੀ ਜੀ। ਉਹਦੀ ਉਹ ਆਪਦੀ ਉਮਰ ਨਾਲੋਂ ਬਹੁਤ ਜ਼ਿਆਦਾ ਸਿਆਣੀ ਅਤੇ ਵੱਡੀ ਸੀ। ਉਹ ਜਦੋਂ ਕਿਸੇ ਨਾਲ ਗੱਲ ਕਰਦੀ ਸੀ ਤਾਂ ਉਹ ਲੱਗਦਾ ਹੀ ਨਹੀਂ ਸੀਗਾ ਵੀ ਇੱਕ 10+2 ਦੀ ਸਟੂਡੈਂਟ ਆ। ਉਹਦੀ ਪੜ੍ਹਾਈ ਦਾ ਲੈਵਲ ਤਾਂ PhD ਵਾਲਾ ਸੀ ਜੀ। ਉਹ ਅੱਜ ਵੀ ਉਹਦੀਆਂ ਜਿਹੜੀਆਂ ਬੁੱਕਸ ਨੇ ਉਹਦੇ ਉੱਪਰ ਇਸ ਤਰ੍ਹਾਂ ਉਹਨੇ ਮਾਰਕ ਕੀਤਾ ਹੋਇਆ ਵਾ, ਵਿੱਚ ਟੈਗ ਲਾਏ ਹੋਏ ਆ ਕਿ ਇਸ ਤਰ੍ਹਾਂ ਤਾਂ ਸ਼ਾਇਦ PhD ਵਾਲਾ ਵੀ ਨਹੀਂ ਤਿਆਰੀ ਕਰਦਾ, ਔਰ ਆਪਣੇ ਲੈਵਲ ਤੋਂ ਬਹੁਤ ਵੱਡੇ ਪੱਧਰ ਦੀ ਤਿਆਰੀ ਕਰਦੀ ਸੀ। ਹਾਂਜੀ, ਮੇਰਾ ਨਾਮ ਜਸਪਾਲ ਕੌਰ ਆ। ਜਸਪਾਲ ਕੌਰ ਮੈਮ ਜੀ, ਅੱਜ ਬੱਚੀ ਜਿਹੜੀ ਇੱਥੋਂ ਕਾਫੀ ਤੁਹਾਡੇ ਨਾਲ ਤੁਹਾਡੇ ਸਕੂਲ ਵਿੱਚ ਪੜ੍ਹਦੀ ਸੀ ਔਰ ਓਲੰਪਿਕ ਵਿੱਚ ਵੀ ਨਾਮ ਰੋਸ਼ਨ ਕੀਤਾ ਸੀ, ਅੱਜ ਉਹਨਾਂ ਨਾਲ ਹਾਦਸਾ ਵਾਪਰਿਆ, ਉਹਦੇ ਬਾਰੇ ਜਾਣਕਾਰੀ। ਹਾਂਜੀ, ਸੁਣ ਕੇ ਬੜਾ ਦੁੱਖ ਹੋਇਆ ਜਦੋਂ ਪਤਾ ਲੱਗਿਆ। ਇਹ ਬੱਚੀ ਸਾਡੇ ਸਕੂਲ ਵਿੱਚ 8ਵੀਂ ਕਲਾਸ ਵਿੱਚ ਆਈ ਸੀ, ਸ਼ੁਰੂ ਤੋਂ ਹੀ ਇੰਟੈਲੀਜੈਂਟ ਬੱਚੀ ਸੀਗੀ, ਸਾਨੂੰ ਬਹੁਤ ਉਮੀਦਾਂ ਸੀ ਇਸ ਬੱਚੀ 'ਤੇ, ਅਤੇ ਇਹਨੇ ਸਾਡੀਆਂ ਬਹੁਤ ਉਮੀਦਾਂ ਪੂਰੀਆਂ ਵੀ ਕੀਤੀਆਂ। ਸਕੂਲ ਦਾ ਨਾਮ ਬਾਹਰਲੇ ਮੁਲਕਾਂ ਤੱਕ ਇਹਨੇ ਰੋਸ਼ਨ ਕੀਤਾ। ਸਕੂਲ ਦੇ ਵਿੱਚ ਇੰਡੀਆ ਵੱਲੋਂ ਇਹ ਡਿਪਲੋਮੈਟ ਗਈ ਸੀਗੀ ਔਰ ਵਿਨਰ ਹੋ ਕੇ ਉੱਥੋਂ ਆਈ, ਅਤੇ ਸਕੂਲ ਨੂੰ ਬੜਾ ਫਖਰ ਸੀ ਇਸ ਬੱਚੀ 'ਤੇ। ਅਤੇ ਹੁਣ ਇਹ 2+2 ਦੇ ਵਿੱਚ ਇਹਨੇ ਇਗਜ਼ਾਮ ਦੇਣੇ ਸੀ। 2+2 ਦੀ ਬੜੀ ਇੰਟੈਲੀਜੈਂਟ ਸਟੂਡੈਂਟ ਸੀ, ਸਾਨੂੰ ਮਤਲਬ ਪੂਰਾ ਮਾਣ ਸੀ। ਅਸੀਂ ਇਹਨਾਂ ਆਸਾਂ 'ਤੇ ਬੈਠੇ ਸੀ ਕਿ ਇਹ ਸਾਡੇ ਸਕੂਲ ਦਾ ਇੱਕ ਸਿਤਾਰਾ ਔਰ ਸਕੂਲ ਦਾ ਨਾਮ ਸਿਤਾਰੇ ਦੀ ਤਰ੍ਹਾਂ ਰੋਸ਼ਨ ਕਰੇਗੀ। ਪਰ ਅੱਜ ਸਾਨੂੰ ਸਾਰਿਆਂ ਨੂੰ ਬਹੁਤ ਡੂੰਘੀ ਸੱਟ ਵੱਜੀ ਆ ਜਦੋਂ ਅਸੀਂ ਸੁਣਿਆ ਕਿ ਸਾਡੀ ਬੱਚੀ ਇੰਦਰਪ੍ਰੀਤ ਕੌਰ ਇਸ ਦੁਨੀਆ 'ਤੇ ਨਹੀਂ ਰਹੀ। ਪਰਮਾਤਮਾ ਨੂੰ ਇਹੀ ਮਨਜ਼ੂਰ ਸੀ, ਬਸ ਹੁਣ ਸਾਡੀ ਪਰਮਾਤਮਾ ਅੱਗੇ ਇਹੀ ਅਰਦਾਸ ਹੈ ਕਿ ਇਸ ਬੱਚੀ ਨੂੰ ਪਰਮਾਤਮਾ ਆਪਦੇ ਚਰਨਾਂ ਵਿੱਚ ਨਿਵਾਸ ਬਖਸ਼ੇ। ਦੇਖੋ ਜੀ, ਬੜੀ ਹੀ ਮੰਦਭਾਗੀ ਘਟਨਾ ਹੈ ਸਾਰੇ ਸਮੁੱਚੇ ਏਰੀਏ ਦੇ ਲਈ, ਖਾਸ ਕਰਕੇ ਮੋਗੇ ਦੀ ਜੇ ਮੈਂ ਗੱਲ ਕਰਾਂ ਤਾਂ, ਕਿਉਂਕਿ ਇੰਦਰਪ੍ਰੀਤ ਕੌਰ ਸਿੱਧੂ ਵਰਗੇ ਬੱਚੇ ਜਿਹੜੇ ਹੈਗੇ ਬਹੁਤ ਘੱਟ ਦੁਨੀਆ ਵਿੱਚ ਆਉਂਦੇ ਨੇ, ਔਰ ਪਰਮਾਤਮਾ ਨੇ ਪਤਾ ਨਹੀਂ ਕਿਸ ਸਿਸਟਮ ਦੇ ਵਿੱਚ ਉਹਨਾਂ ਨੂੰ ਬਹੁਤ ਹੀ ਘੱਟ ਉਮਰ ਜਾਂ ਸਵਾਸਾਂ ਦੀ ਪੂੰਜੀ ਦੇ ਕੇ ਭੇਜਿਆ ਸੀ। ਔਰ ਉਹ ਬੱਚੀ ਪਿੱਛੇ ਜਿਹੀ ਪਿਛਲੇ ਸਾਲ ਦੀ ਗੱਲ ਹੈ ਕਿ ਉਹ ਤੁਰਕੀ ਗਈ ਸੀ, ਜਿਹੜਾ ਇੰਟਰਨੈਸ਼ਨਲ ਡਿਪਲੋਮੈਟਿਕ ਫੋਰਮ ਹੁੰਦਾ ਹੈ, ਉੱਥੇ ਉਹ ਬੋਲ ਕੇ ਆਈ ਸੀ ਔਰ ਬੜਾ ਨਾਂ ਰੋਸ਼ਨ ਕੀਤਾ ਸੀ ਮੋਗੇ ਦਾ ਖਾਸ ਕਰਕੇ। ਔਰ ਇਸ ਤਰ੍ਹਾਂ ਉਹਦਾ ਇੱਕ ਛੋਟੀ ਜਿਹੀ ਬਿਮਾਰੀ, ਸੰਖੇਪ ਜਿਹੀ ਬਿਮਾਰੀ ਵਿੱਚ ਹੀ ਜਿਹੜਾ ਹੈਗਾ ਉਹ ਚਲੇ ਜਾਣਾ ਇੱਕ ਬਹੁਤ ਹੀ ਮੰਦਭਾਗਾ ਹੈਗਾ, ਔਰ ਪਰਿਵਾਰ ਲਈ ਇੱਕ ਬਹੁਤ ਹੀ ਵੱਡਾ ਨੁਕਸਾਨ ਹੈ, ਔਰ ਮੈਂ ਸਮਝਦਾ ਸੁਸਾਇਟੀ ਲਈ, ਸਾਡੇ ਮੋਗੇ ਜ਼ਿਲ੍ਹੇ ਦੇ ਲਈ ਹੀ ਬਹੁਤ ਵੱਡਾ ਨੁਕਸਾਨ ਹੈ, ਕਿਉਂਕਿ ਇਸ ਤਰ੍ਹਾਂ ਦੇ ਬੱਚੇ ਜਿਹੜੇ ਹੈਗੇ ਨੇ ਬੜੇ ਹੋਣਹਾਰ ਹੁੰਦੇ ਨੇ, ਔਰ ਉਹਨਾਂ ਦੇ ਲਈ ਬੜੀਆਂ ਹਜੇ ਹੋਰ ਬਹੁਤ ਸਾਰੀਆਂ ਓਪਰਚੁਨਿਟੀਜ਼ ਦੀਆਂ ਹੋਰ ਬਹੁਤ ਸਾਰੇ ਮੌਕੇ ਸੀ ਜਿਹੜੇ ਉਹਨਾਂ ਨੇ ਸਰ ਕਰਨੇ ਸੀ ਅਜੇ, ਪਰ ਅਚਨਚੇਤ ਉਹਦਾ ਇਸ ਤਰ੍ਹਾਂ ਚਲੇ ਜਾਣਾ ਸੱਚਮੁੱਚ ਹੀ ਇੱਕ ਬਹੁਤ ਵੱਡੀ ਇੱਕ ਸ਼ੋਕ ਲਹਿਰ ਦੀ ਤਰ੍ਹਾਂ ਹੈ ਮੋਗੇ ਜ਼ਿਲ੍ਹੇ ਦੇ ਲਈ।